ਜਗਜੀਤ ਸਿੰਘ ਡੱਲ ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨਾਰਲੀ ਨਿੰਦਰ ਸਿੰਘ ਦੇ ਘਰ, ਜਿੱਥੋਂ ਦਾ ਕਿ ਜੋ ਘਰ ਦਾ ਮੁਖੀਆ ਸੀ ਅਤੇ ਉਹਨੂੰ ਕਿਸੇ ਕਾਰਨ ਕੋਈ ਸੱਟ ਲੱਗ ਗਈ ਸੀ ਅਤੇ ਉਸ ਤੋਂ ਬਾਅਦ ਜਿਹੜਾ ਉਹ ਮੰਜੇ 'ਤੇ ਪੈ ਗਿਆ ਅਤੇ ਪਰਿਵਾਰ ਦੇ ਵਿੱਚ 5 ਜੀਅ ਆ, 4 ਗੁੱਡੀਆਂ ਅਤੇ 1 ਉਹਨਾਂ ਦੀ ਪਤਨੀ, ਅਤੇ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਗਾ ਅਤੇ ਘਰ ਦੇ ਹਾਲਾਤ ਇੰਨੇ ਕੁ ਮਾੜੇ ਆ ਕਿ ਜੋ ਦੱਸਣ ਯੋਗ ਨਹੀਂ ਗੇ ਅਤੇ ਉਸ ਵੀਰ ਦੀ ਵੀ ਹਾਲਤ ਅਤੇ ਕੰਡੀਸ਼ਨ ਇੰਨੀ ਮਾੜੀ ਆ ਕਿ 1 ਸਾਲ ਤੋਂ ਉਹ ਮੰਜੇ 'ਤੇ ਪਿਆ ਆ, ਕਿਸੇ ਦਾਨੀ ਸੱਜਣ ਦੀ ਉਡੀਕ ਕਰ ਰਿਹਾ ਕਿ ਉਸ ਦਾ ਕੋਈ ਇਲਾਜ ਕਰਵਾ ਦੇ ਅਤੇ ਕਾਰਨ ਬਾਹਰ ਜਿਹੜਾ ਉਹਨਾਂ ਰੱਖਿਆ ਹੋਇਆ ਹੈ। ਅਤੇ ਉਸ ਤੋਂ ਇਲਾਵਾ ਜਿਹੜੇ ਘਰ ਦੇ ਤੁਸੀਂ ਦਰਵਾਜ਼ੇ ਜਾਂ ਬਾਥਰੂਮ ਦੇਖ ਸਕਦੇ ਹੋ ਕਿ ਕਿਸ ਕੰਡੀਸ਼ਨ ਦੇ ਵਿੱਚ ਆ। ਬਹੁਤ ਜਿਹੜਾ ਇਸ ਟਾਈਮ ਇਸ ਪਰਿਵਾਰ ਦੇ ਉੱਤੇ ਜਿਹੜਾ ਮੁਸੀਬਤਾਂ ਦਾ ਜਿਹੜਾ ਪਹਾੜ ਟੁੱਟਿਆ ਹੋਇਆ ਹੈ ਅਤੇ ਪਰਿਵਾਰ ਜਿਹੜਾ ਕਿਸੇ ਦਾਨੀ ਸੱਜਣ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਕੋਈ ਇਸ ਪਰਿਵਾਰ ਦੀ ਜਿਹੜੀ ਉਹ ਬਾਂਹ ਫੜੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪਰਿਵਾਰ ਦੇ ਹਾਲਾਤ ਆ। ਇਹ ਪਰਿਵਾਰ ਦਾ ਵੀ ਕਹਿਣਾ ਵੀ ਕਦੀ ਰੋਟੀ ਘਰ ਦੇ ਵਿੱਚ 1 ਟਾਈਮ ਦੀ ਪੱਕਦੀ ਹੈ ਅਤੇ ਕਦੀ ਜਿਹੜੇ ਉਹ ਬੱਚੇ ਭੁੱਖੇ ਹੀ ਜਿਹੜੇ ਉਹ ਸੌ ਜਾਂਦੇ। ਸਾਲ ਕੁ ਹੋ ਗਿਆ, ਪਹਿਲਾਂ ਸੱਟ ਲੱਗੀ ਸੀਗੀ, ਉਹਦੇ ਕਾਰਨ ਇਹਨਾਂ ਦਾ ਇਲਾਜ ਨੀ ਹੋਇਆ ਵੀ। ਹਾਂਜੀ, ਕਦੀ ਖਾ ਲਈ ਦੀ ਕਦੇ ਨਹੀਂ ਖਾ ਲਈ ਦੀ, ਰਾਤ ਦਿਨ ਕੱਟੀ ਜਾਂਦੇ। ਇਹੋ ਹੀ ਵੀਰ ਜੀ, ਪਹਿਲਾਂ ਆਪ ਕੰਮ ਕਰਦੇ ਸੀ, ਆਪ ਛੱਡ ਤਾ, ਹੁਣ ਮੁਸ਼ਕਲ ਸੀ ਥੋੜੀ ਜਿਹੀ ਇਸ ਕਰਕੇ ਪ੍ਰੈਗਨੈਂਸੀ ਕਰਕੇ। ਹਾਂਜੀ, ਹੁਣ ਹੱਥ ਜੋੜ ਕੇ ਬੇਨਤੀ ਕੀ ਸਾਡੀ ਹੈਲਪ ਕੀਤੀ ਜਾਵੇ। ਦਾਨੀ ਸੱਜਣਾ ਤੇ ਉਹ ਵੀਰ ਜੀ ਸਾਡੀ ਹੈਲਪ ਕਰਨ, ਕੋਈ ਸੌਦਾ ਕੋਈ ਵਗੈਰਾ ਸਾਨੂੰ ਸਾਡੇ ਇਹਨਾਂ ਦੇ ਇਲਾਜ ਕਰਾਇਆ ਜਾਵੇ ਕਿ ਜਿਹੜਾ ਇਹ ਉੱਠ ਕੇ ਬੱਚਿਆਂ ਵਿੱਚ ਆਪਣਾ ਕਮਾਈ ਕਰਨ ਤੇ ਮੇਰੇ ਸਾਲ ਸੱਟ ਲੱਗ ਗਈ ਸੀ। ਹਾਂਜੀ, ਉਹ ਤੋਂ ਬਾਅਦ ਮੇਰਾ ਇਲਾਜ ਨੀ ਹੋਇਆ ਪੈ ਰਿਹਾ ਲੋਕਾਂ ਦੀ। ਰੋਟੀ ਪਾਣੀ ਹੈ ਜੀ।